ਪੰਜਾਬ ਦੇ ਵਿੱਚ ਅਮਨ ਅਮਾਨ ਦੇ ਨਾਲ ਲੋਕ ਸਭਾ ਚੋਣਾਂ ਦੇ ਲਈ ਵੋਟਿੰਗ ਹੋਈ ਹੈ ਤੇ ਹੁਣ ਈਵੀਐਮ ਮਸ਼ੀਨਾਂ ਦੇ ਵਿੱਚ ਉਮੀਦਵਾਰਾਂ ਦੀ ਕਿਸਮਤ ਤੈਅ ਹੋ ਗਈ ਹੈ। ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ 61.32% ਵੋਟਿੰਗ ਹੋਈ ਹੈ, ਜੋ ਕਿ 2019 ਦੇ ਮੁਕਾਬਲੇ ਕਾਫੀ ਘੱਟ ਦੱਸੀ ਜਾ ਰਹੀ ਹੈ, ਕਿਉਂਕਿ 2019 ਦੇ ਵਿੱਚ ਜਦੋਂ ਲੋਕ ਸਭਾ ਚੋਣਾਂ ਹੋਈਆਂ ਸੀ ਤਾਂ ਉਸ ਸਮੇਂ 65% ਵੋਟਿੰਗ ਹੋਈ ਸੀ। ਇਸ ਦੇ ਨਾਲ ਹੀ ਜੇਕਰ ਇਸ ਵਾਰ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਜ਼ਿਆਦਾ ਵੋਟਿੰਗ 68% ਬਠਿੰਡਾ ਦੇ ਵਿੱਚ ਹੋਈ ਹੈ ਤੇ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਘੱਟ ਵੋਟਿੰਗ ਦਰਜ ਕੀਤੀ ਗਈ ਹੈ, ਜਿੱਥੇ ਕਿ 54.2% ਮਤਦਾਨ ਹੋਇਆ ਤੇ ਫਰੀਦਕੋਟ ਦੇ ਵਿੱਚ 60.78% ਮਤਦਾਨ ਹੋਇਆ। ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ 61.18% ਮਤਦਾਨ ਹੋਇਆ, ਤਾਂ ਫਿਰੋਜ਼ਪੁਰ ਦੇ ਵਿੱਚ 65.95% ਮਤਦਾਨ ਹੋਇਆ, ਗੁਰਦਾਸਪੁਰ ਦੇ ਵਿੱਚ 64.66%, ਖਡੂਰ ਸਾਹਿਬ ਦੇ ਵਿੱਚ 61.60%, ਲੁਧਿਆਣਾ ਦੇ ਵਿੱਚ 57.18% ਮਤਦਾਨ ਹੋਇਆ ਤੇ ਪਟਿਆਲਾ ਦੇ ਵਿੱਚ ਕਰੀਬ 62% ਮਤਦਾਨ ਦਰਜ ਕੀਤਾ ਗਿਆ। ਤਾਂ ਸੰਗਰੂਰ ਦੇ ਵਿੱਚ ਵੀ 64 ਤੇ ਜਲੰਧਰ ਦੇ ਵਿੱਚ ਕਰੀਬ 60% ਮਤਦਾਨ ਹੋਇਆ। ਉੱਥੇ ਹੁਸ਼ਿਆਰਪੁਰ ਦੀ ਗੱਲ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਦੇ ਵਿੱਚ 58% ਅਤੇ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ 60% ਵੋਟਿੰਗ ਹੋਈ ਹੈ। ਤਾਂ ਪੰਜਾਬ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨਾਂ ਲੋਕ ਸਭਾ ਚੋਣਾਂ ਦੇ ਲਈ ਵੋਟਿੰਗ ਹੋਈ ਹੈ, 328 ਉਮੀਦਵਾਰਾਂ ਦੀ ਕਿਸਮਤ ਜੋ ਹੈ ਉਹ ਹੁਣ ਈਵੀਐਮ ਦੇ ਵਿੱਚ ਕੈਦ ਹੋਈ ਹੈ। ਤੇ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਸਭ ਤੋਂ ਜ਼ਿਆਦਾ ਵੋਟਿੰਗ ਪੰਜਾਬ ਦੇ ਵਿੱਚ ਬਠਿੰਡਾ 'ਚ ਹੋਈ ਹੈ, ਜਿੱਥੇ ਕਿ 68% ਹੋਈ ਹੈ। ਅੰਮ੍ਰਿਤਸਰ ਦੇ ਵਿੱਚ ਸਭ ਤੋਂ ਘੱਟ ਵੋਟਿੰਗ ਹੋਈ ਹੈ, ਜਿੱਥੇ ਕਿ 54% ਮਤਦਾਨ ਦਰਜ ਕੀਤਾ ਗਿਆ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਪੰਜਾਬ ਦੇ ਵਿੱਚ ਅਮਨ ਅਮਾਨ ਦੇ ਨਾਲ ਵੋਟਿੰਗ ਹੋ ਚੁੱਕੀ ਹੈ ਤੇ ਹੁਣ 4 ਜੂਨ ਨੂੰ ਨਤੀਜੇ ਐਲਾਨੇ ਜਾਣਗੇ। ਪੰਜਾਬ ਦੇ ਵਿੱਚ 61.32% ਵੋਟਿੰਗ ਹੋਈ ਹੈ, ਜੋ ਕਿ 2019 ਦੇ ਮੁਕਾਬਲੇ 4% ਘੱਟ ਦੱਸੀ ਜਾ ਰਹੀ ਹੈ।